20 सितंबर 2015 ਨੂੰ ਤਾਂ ਦੱਸਦੀ ਕਿ ਨੈਸ਼ਨਲ ਲੈਵਲ ਜਿਹੜੇ ਸ਼ੂਟਰ ਤੇ ਨਾਲੇ ਲਾਇਰ ਸੁਖਮਨਪ੍ਰੀਤ ਔਰ ਸਿੱਪੀ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀਗਾ ਹਾਈ ਪ੍ਰੋਫਾਈਲ ਕੇਸ ਸੀਗਾ ਹਾਲਾਂਕਿ ਪਹਿਲਾਂ ਯੂਟੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ 2016 ਦੇ ਵਿੱਚ ਮਾਮਲੇ ਦੀ ਜਾਂਚ CBI ਨੂੰ ਦੇ ਦਿੱਤੀ ਗਈ ਸੋ ਅੰਦਾਜ਼ੇ ਕਿ 7 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਮੁੱਖ ਆਰੋਪੀ ਜਿਸ ਨੂੰ ਦੱਸਿਆ ਜਾ ਰਿਹਾ ਸੀ ਕਲਿਆਣੀ ਉਸ ਨੂੰ ਗ੍ਰਿਫਤਾਰ ਕਰ ਲਿਆ CBI ਨੇ ਸਾਡੇ ਨਾਲ ਸਿੱਪੀ ਸਿੱਧੂ ਦੇ ਮਾਤਾ ਜੀ ਨੇ 7 ਸਾਲ ਬਾਅਦ ਤੁਹਾਨੂੰ ਹੁਣ ਲੱਗ ਰਿਹਾ ਕਿ ਇਨਸਾਫ ਮਿਲੇਗਾ ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਕਲਿਆਣੀ ਦਾ ਨਾਂ ਲੈਂਦੇ ਹੋਏ ਸਾਹਮਣੇ ਆਏ ਸੀਗੇ ਜਿਸ ਦਿਨ ਹੱਤਿਆ ਹੋਈ ਸੀ ਉਸ ਤੋਂ ਅਗਲੇ ਦਿਨ ਹੀ ਤੁਸੀਂ ਕਹਿ ਦਿੱਤਾ ਸੀਗਾ ਕਿ ਇਹ ਸਭ ਕੁਝ ਕਲਿਆਣੀ ਨੇ ਕੀਤਾ ਜੀ ਮੈਨੂੰ ਤਾਂ ਲੋਕਾਂ ਨੇ ਇਹ ਵੀ ਦੱਸਿਆ ਵੀ ਤੁਸੀਂ ਆਂਟੀ ਰਾਤ ਨੂੰ ਬੇਹੋਸ਼ ਪਏ ਕਲਿਆਣੀ ਕਲਿਆਣੀ ਬੋਲ ਰਹੇ ਸੀ ਕਲਿਆਣੀ ਮੇਰਾ ਮੁੰਡਾ ਖਾ ਗਈ ਇਹ ਮੈਨੂੰ ਬਾਅਦ ਵਿੱਚ ਦੱਸਿਆ ਮੈਂ ਕਿਹਾ ਫਿਰ ਤੁਸੀਂ ਮੈਨੂੰ ਉਹਦੇ ਪੁਲਿਸ ਕੋਲ ਕਿਉਂ ਨਹੀਂ ਚੱਕ ਕੇ ਲੈ ਗਏ ਕਹਿੰਦੇ ਅਸੀਂ ਸੋਚਿਆ ਤੁਹਾਡੇ ਦਿਮਾਗ 'ਤੇ ਸੱਟ ਵੱਜੀ ਹੈ ਤੁਸੀਂ ਐਵੇਂ ਹੀ ਬੋਲ ਰਹੇ ਹੋ ਮੈਂ ਤਾਂ ਪਹਿਲੇ ਦਿਨ ਕਿ ਉਸੇ ਟਾਈਮ ਤੋਂ ਮੈਂ ਉਹਨੂੰ ਕਿਹਾ ਦਿਲਾਵਰੀ ਨੂੰ ਜਦੋਂ ਫੋਨ ਆਇਆ ਮੈਂ ਕਿਹਾ ਇੱਥੇ ਨਾਲ ਕਲਿਆਣੀ ਸੀ ਸਿੱਪੀ ਦੇ ਉਹਨੇ ਪਤਾ ਨਹੀਂ ਉਹਦਾ ਨਾਮ ਹੀ ਨਹੀਂ ਮੈਨਸ਼ਨ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਜੱਜ ਦੀ ਕੁੜੀ ਹੈ ਬਸ ਉਹਦੇ ਹੀ ਨਹੀਂ ਲਿਆ ਕਿਸੇ ਨੇ ਨਾਮ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦੀ ਮੈਂ ਹੁਣ ਵੀ ਕਹਿੰਦੀ ਹਾਂ ਕਲਿਆਣੀ ਆ ਕਲਿਆਣੀ ਨੂੰ ਮੈਂ ਉਹ ਇਹੀ ਕਿਹਾ ਮੈਂ ਕਿਹਾ ਜੇ ਤੁਸੀਂ ਨਹੀਂ ਫੜ ਸਕਦੇ ਮੈਨੂੰ ਫੜਾ ਦਿਓ ਹੁਣ ਮੈਂ ਬੰਦ ਕਰਕੇ ਮੈਂ ਪੁੱਛ ਲੂੰਗੀ ਉਹ ਆਪੇ ਦੱਸੂ ਮੈਂ ਕਿਤੋਂ ਕਰਾਇਆ 7 ਸਾਲ ਬਾਅਦ ਗ੍ਰਿਫਤਾਰੀ ਹੋਈ ਹੈ ਮਾਮਲਾ ਹਾਲਾਂਕਿ ਹੁਣ 2015 ਦਾ ਸੀਗਾ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਲੱਗਦਾ ਸੀਗਾ ਕਿ ਤੁਹਾਨੂੰ ਕਦੇ ਇਨਸਾਫ ਮਿਲੇਗਾ ਜਾਂ ਕਦੇ ਗ੍ਰਿਫਤਾਰੀ ਹੋਵੇਗੀ ਵੀ ਬੇਟੇ ਮੈਨੂੰ ਸੀ ਵੀ ਜੇ ਨਹੀਂ ਵੀ ਕਰਨਗੇ ਮਰਡਰ ਕੇਸ ਹੈ ਉਹ 10 ਸਾਲ 15 ਸਾਲ 20 ਸਾਲ ਪਿੱਛੇ ਜੇ ਸਿੱਧੂ ਨੂੰ ਸਜ਼ਾ ਹੋਈ ਹੈ 30 ਸਾਲਾਂ ਬਾਅਦ ਸ਼ਾਇਦ ਉਦੋਂ ਵੀ ਮੇਰੇ ਮਨ 'ਚ ਆਇਆ ਸੀ ਵੀ ਜਿੰਨਾ ਮਰਜ਼ੀ ਟਾਈਮ ਹੋ ਜਾਵੇ ਵੀ ਮੈਂ ਨਹੀਂ ਹਟਣਾ ਗਾ ਜਿੱਥੋਂ ਤੱਕ ਮੈਨੂੰ ਮਰਜ਼ੀ ਪਹੁੰਚਣਾ ਪਵੇ ਚਾਹੇ CBI ਵਾਲੇ ਇਹਨਾਂ ਨੇ ਤਾਂ ਬੰਦ ਕੀਤਾ ਨਹੀਂ ਜੇ ਬੰਦ ਵੀ ਕਰ ਦੇਣਗੇ ਕੇਸ ਜਦੋਂ ਮੈਂ ਮਰਜ਼ੀ ਰੀਓਪਨ ਕਰਾ ਲੂੰ ਮੈਨੂੰ ਕਿੱਥੋਂ ਤੱਕ ਵੀ ਜਾਣਾ ਪਿਆ ਮੈਂ ਸੋਚਿਆ ਸੀ ਮੈਂ ਜਾਊਂਗੀ ਹਾਲਾਂਕਿ ਤੁਸੀਂ ਅਪੀਲ ਜਿਹੜੀਆਂ ਨੇ ਉਹ ਲੀਡਰਸ ਨੂੰ ਵੀ ਕੀਤੀਆਂ ਪੁਲਿਸ ਨੂੰ ਵੀ ਕੀਤੀ CBI ਨੂੰ ਵੀ ਕੀਤੀ ਪਰ ਵਿੱਚੋਂ CBI ਨੇ ਅਨਟਰੇਸ ਰਿਪੋਰਟ ਜਿਹੜੀ ਫਾਈਲ ਕਰ ਦਿੱਤੀ ਸੀ ਅਨਟਰੇਸ ਰਿਪੋਰਟ ਪਤਾ ਨਹੀਂ ਉਹਨੂੰ ਕਿਉਂ ਗਲਤ ਫਹਿਮੀ ਨਹੀਂ ਸੀ ਕੀਤੀ ਸਟੇਟਸ ਰਿਪੋਰਟ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਤਾਂ ਕਿਹਾ ਸੀ ਉਹਨਾਂ ਨੂੰ ਹੋ ਸਕਦਾ ਆਪਣਾ ਵੀ ਜਿਵੇਂ ਮੈਂ ਵੀ ਸੋਚਦੀ ਹਾਂ ਜਿੰਨਾ ਉਹਨਾਂ ਨੇ ਕੀਤਾ ਸੀਗਾ ਉਹ IO ਨੂੰ ਇਹ ਸੀਗਾ ਮੈਂ ਜੋ ਹੁਣ ਤੱਕ ਫਾਈਂਡ ਆਊਟ ਕੀਤੀਆਂ ਮੈਂ ਕੋਰਟ ਵਿੱਚ ਰੱਖ ਜਾਂ ਵਿਸ਼ਾ ਹੋ ਸਕਦਾ ਉਹਦੀ ਬਦਲੀ ਹੋ ਜਾਂਦੀ ਔਰ ਸੱਚੀ ਉਹਦੀ ਬਦਲੀ ਹੋ ਵੀ ਗਈ ਪਹਿਲੇ IO ਦੀ ਜੇ ਉਹਨੇ ਨਾ ਰੱਖਿਆ ਹੁੰਦਾ ਹੋ ਸਕਦਾ ਅਗਲੇ ਆਉਂਦੇ ਆ ਉਹ ਆਪਣੇ ਹਿਸਾਬ ਨਾਲ ਦੁਬਾਰਾ ਇਨਵੈਸਟੀਗੇਸ਼ਨ ਕਰਦੇ CBI ਨੇ ਇਹ ਵੀ ਕਿਹਾ ਕਿ ਪੁਲਿਸ ਨੇ ਜਾਂਚ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਸਹੀ ਤਰ੍ਹਾਂ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਕਿਉਂ ਦਿਲਾਵਰੀ ਜਿਹੜੀ ਸੀ ਬੜੀ ਕਰਪਟ ਅਫਸਰ ਆ ਉਹਦਾ ਤਾਂ ਨਾਮ ਵੀ CBI ਨੇ ਵਿੱਚ ਲਿਖਿਆ ਹੋਇਆ ਵੀ ਆ ਹੋਣਾ ਚਾਹੀਦਾ ਉਹ ਤਾਂ ਰੋਜ਼ ਸਬੀਨਾ ਨੂੰ ਮਿਲਦੀ ਹੁੰਦੀ ਸੀ ਉਹ ਆਪਣੇ ਉੱਥੇ ਚੰਡੀਗੜ੍ਹ ਸਾਰੇ ਉਹਦੇ ਉਹ ਸਾਡੇ ਆਫਿਸ ਆਈ ਹੈ ਸਿੱਪੀ ਦਾ ਉੱਥੇ ਕਲਿਆਣੀ ਦੀਆਂ ਪਿਕਚਰਸ ਉਹਦੇ ਵਿੱਚ ਸੀਗੀਆਂ ਕੈਮਰੇ 'ਚ